ਸਾ ਤੁਸੀਂ ਅੱਜ ਕਿਹਾ ਸੀ ਆਉਣ ਲਈ ਸਰ ਪਲੀਜ਼ ਮੇਰਾ ਅੱਜ ਕੰਮ ਕਰਵਾ ਦਿਓ ਦੁਬਾਰਾ ਮੈਨੂੰ ਕਿਸੇ ਨੇ ਆਉਣ ਨਹੀਂ ਦੇਣਾ What would you like to have, ma'am? Hot coffee. Which coffee? Hot any. Combo कर दूँगा, ma'am? कर दो. I'm Satbir Singh. Are you okay? Are you okay? ਤੁਹਾਨੂੰ ਪਤਾ ਦੁਨੀਆ ਦੇ 35% ਰੌਲੇ ਮੁੱਕ ਜਾਣ ਜੇ ਸਾਰੇ ਇੱਕ ਦੂਜੇ ਦਾ ਫੋਨ ਆਨਸਰ ਕਰਨ ਲੱਗ ਜਾਣ ਤੁਹਾਨੂੰ ਪਤਾ ਦੁਨੀਆ ਦੇ 80% ਲੋਕ ਸੌਖੇ ਹੋ ਜਾਣ ਜੇ ਉਹ ਆਪਣੇ ਕੰਮ ਨਾਲ ਕੰਮ ਰੱਖਣ ਕੌਫੀ ਸਰ ਇੱਕ ਲਾਤੇ ਮੇਰੇ ਵਾਲੀ ਜੀ ਸਰ ਤੁਹਾਨੂੰ ਪਤਾ ਕੌਫੀ ਦੀ ਫ੍ਰੈਗਰੈਂਸ ਨੇ ਮੌਕਸ ਨੂੰ ਮਜਬੂਰ ਕਰਤਾ ਸੀ ਟੇਸਟ ਕਰਨ ਲਈ ਕਿ ਦੇਖੀਏ ਤਾਂ ਸਹੀ ਇਹ ਚੀਜ਼ ਕੀ ਹੈ ਤੁਸੀਂ ਕੀ ਚੀਜ਼ ਹੋ ਮੈਂ ਕਦੋਂ ਦੀ ਇਗਨੋਰ ਕਰੀ ਜਾ ਰਹੀ ਫਿਰ ਵੀ ਨਹੀਂ ਹਟਦੇ ਐਕਚੁਅਲੀ ਨਾ ਮੈਨੂੰ ਕਿਸੇ ਦਾ ਦੁੱਖ ਦੇਖਿਆ ਨਹੀਂ ਜਾਂਦਾ ਤੁਹਾਨੂੰ ਕਿਵੇਂ ਪਤਾ ਮੈਂ ਦੁਖੀ ਹਾਂ ਆਈ ਸਮੈਲ ਦੁੱਖ ਜੋਤ
मेरा नाम जो था। इट मीन्स मैं सही हाँ भी तुसी दुखी हो। आज दे टाइम च दुखी कौन नहीं है? मैं इधर राज भी दस दो फिर। तुहानू पता दुनिया च सिर्फ एक बंदा होंदा जिहड़ा तुहानू खुश रख सकता, ओ हो तुसी खुद, जिनू तुसी लोग कहने हो हैशटैग सेल्फ लव। सेल्फ लव मैनू लगता है कि कल्ले रहन च ही खुशी होंदी है, ना तो आपां नू किसी दी एक्सपेक्टेशन ना कुछ। हाँ मैं समझदा भी साढ़े अपने दी एक्सपेक्टेशन बहुत होंदी है साढ़े कोलों, ओ सानू ओ कदे नहीं बन दिंदे जो तुसी बनना चाहुंदे हो। आर यू साइकोलॉजिस्ट? नहीं आई एम दोस्तोलॉजिस्ट। दोस्तोलॉजिस्ट नाइस वर्ड। एदी फिर कोई फीस भी होनी है? यस एक कप कॉफी। थोनू पता जदों यूरोप दे विच कॉफी फेमस हो रही सी तां कॉफी हाउस नू पेनी यूनिवर्सिटी भी कहा जांदा सी। पेनी यूनिवर्सिटी 15वीं सेंचुरी दे विच ज्यादातर कॉफी हाउस विच बुद्धिजीवी ही जांदे सी ते उत्थे कॉफी दे कप दी कीमत सी एक पेनी। लोकां दे मसले हल हो जांदे सी एक पेनी नाल। अच्छा मेरी प्रॉब्लम थानू फनी लगेगी पर जे तुसी मैनू प्रॉमिस कर दे कि तुसी ध्यान नाल सुनोगे देन आई टेल यू। ओके मैं अपनी ग्रेजुएशन करके हटी हाँ। आई वांट टू बी अ बिजनेस वूमन। नाइस। नाइस नहीं प्रॉब्लम तो इत्थों ही शुरू हुई है जब मैं अपने घर दस्या कि मैं बिजनेस करना उन्होंने मना करता। वह मैनू कहिंदे बीएड कर लै टीचर बन जाएगी एमबीए कर लै बैंक च जॉब कर लेंगी। कुड़ियों लिए बिजनेस नॉट इजी ये वो। मैं जिहदे नाल दी गल कीती सब ने मैनू यही कहा। अच्छा फिर? फिर की मेरे हजारां मिंतां तरने करन तो बाद मन गए ਉਹ ਵੀ ਸਿਰਫ ਬੁਟੀਕ ਲਈ। ਬੁਟੀਕ ਬੜਾ ਵਧੀਆ ਬਿਜ਼ਨਸ ਅੱਜ ਕੱਲ੍ਹ ਮਨੀ ਮੇਕਿੰਗ ਲਈ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਜਦ ਵੀ ਕੁੜੀਆਂ ਦੇ ਬਿਜ਼ਨਸ ਦੀ ਗੱਲ ਹੁੰਦੀ ਆ ਸਾਰਿਆਂ ਦੀ ਸੋਚ ਇੰਨੀ ਲਿਮਿਟਡ ਕਿਉਂ ਹੋ ਜਾਂਦੀ ਆ। ਬੁਟੀਕ ਖੋਲ ਲਓ ਟਿਊਸ਼ਨ ਪੜ੍ਹਾ ਲਓ ਕਿੱਟੀ ਪਾ ਲਓ ਬਸ ਅਸੀਂ ਵੀ ਇੱਦਾਂ ਦੇ ਕੈਫੇ ਚਲਾ ਸਕਦੇ ਹਾਂ ਕੋਈ ਯਕੀਨ ਤਾਂ ਕਰੇ। ਅੱਛਾ ਫਿਰ ਮੰਨ ਗਏ? ਪਹਿਲਾਂ ਨਹੀਂ ਮੰਨਦੇ ਸੀ ਫਿਰ ਜਦੋਂ ਮੈਂ ਉਹਨਾਂ ਨੂੰ ਆਪਣਾ ਬਿਜ਼ਨਸ ਆਈਡੀਆ ਦੱਸਿਆ ਫਿਰ ਮੰਨ ਗਏ। ਫਿਰ ਪ੍ਰੋਬਲਮ ਕੀ ਆ? ਇੱਥੋਂ ਤੋਂ ਪ੍ਰੋਬਲਮ ਸ਼ੁਰੂ ਹੋਈ ਆ। ਵੈਸੇ ਬਿਜ਼ਨਸ ਆਈਡੀਆ ਹੈ ਕੀ ਸੀ? ਅੱਜ ਕੱਲ੍ਹ ਦੇ ਦੌਰ ਦਾ ਸਭ ਤੋਂ ਵੱਡਾ ਬਿਜ਼ਨਸ ਰੀਲ ਮੇਕਿੰਗ ਐਪ। ਨਾਈਸ ਕਨਸੈਪਟ। ਹੁਣ ਦਿੱਕਤ ਕੀ ਆ? ਇਨਵੈਸਟਮੈਂਟ। ਮੈਂ ਤੇ ਮੇਰੀ ਫਰੈਂਡ ਨੇ ਨਾ ਇੱਕ ਐਪ ਤੇ ਕੰਮ ਕੀਤਾ। ਅਸੀਂ ਦੋਨਾਂ ਨੇ ਰਲ ਕੇ ਇੱਕ ਪੀਪੀਡੀ ਬਣਾਇਆ ਪਾਪਾ ਨੂੰ ਵਿਖਾਇਆ ਤੇ ਬੋਲਿਆ ਇਨਵੈਸਟਰ ਬਣ ਜਾਓ 20-25 ਲੱਖ ਦਾ ਖਰਚਾ ਹੈ ਸਭ ਤੋਂ ਪਹਿਲਾਂ ਪੈਸਾ ਉਹਨਾਂ ਦਾ ਹੀ ਮੋੜਾਂਗੇ। ਮਨਾ ਕਰਤਾ। ਬਿਨਾਂ ਐਕਸਪੀਰੀਅੰਸ ਤੋਂ ਕੋਈ ਵੀ ਪੈਸੇ ਲਾਉਣ ਤੋਂ ਮਨਾ ਕਰੂਗਾ। ਬੁਟੀਕ ਦਾ ਐਕਸਪੀਰੀਅੰਸ ਨਹੀਂ ਹੈ ਕੰਪਿਊਟਰ ਐਪਲੀਕੇਸ਼ਨ 'ਚ ਡਿਗਰੀ ਕੀਤੀ ਹੈ। 2-3 ਐਪਲੀਕੇਸ਼ਨਸ ਦਾ ਵੀ ਐਕਸਪੀਰੀਅੰਸ ਹੈ। ਜਿਨ੍ਹਾਂ ਨੇ ਐਪਸ ਬਣਾਈਆਂ ਨੇ ਉਹ ਸੈਟਲ ਨੇ ਉਹਨਾਂ ਦਾ ਵਧੀਆ ਕਿਉਂਕਿ ਉਹਨਾਂ ਕੋਲ ਇਨਵੈਸਟਰਸ ਨੇ। ਪਰ ਹੁਣ ਗੱਲ ਕਿੱਥੇ ਖੜੀ ਆ? ਸਾਡੀ ਸੋਸਾਇਟੀ 'ਚ ਨਾ ਕੁੜੀ ਦੇ ਵਿਆਹ 'ਤੇ 50 ਲੱਖ ਰੁਪਏ ਲਾ ਦੇਣਗੇ ਪਰ ਉਹਦੇ ਬਿਜ਼ਨਸ ਲਈ ਪੈਨੀ ਨਹੀਂ ਦੇਣਗੇ। ਮੰਨਿਆ ਕਿ ਉਹਨਾਂ ਨੇ ਫਾਈਨੈਂਸ਼ੀਅਲੀ ਸਪੋਰਟ ਨਹੀਂ ਕਰਨੀ ਬਟ ਕਮ ਸੇ ਕਮ ਆਪਣੇ ਬੱਚੇ ਨੂੰ ਉੱਦਾਂ ਤਾਂ ਸਪੋਰਟ ਕਰੋ ਕਿ ਸਾਡਾ ਬੱਚਾ ਕੁਛ ਕਰ ਲੇ। ਸਾਰੀ ਜ਼ਿੰਦਗੀ ਲੋਕਾਂ ਦੀਆਂ ਜਵਾਕਾਂ ਦੀਆਂ ਐਕਸਪਲੇਨੇਸ਼ਨਸ ਐਗਜ਼ੈਂਪਲਸ ਬਣਾ ਕੇ ਦੇ ਜਾਣਗੇ। ਜਦੋਂ ਮੈਂ ਜਿੱਦ ਨਹੀਂ ਛੱਡੀ ਮੈਨੂੰ ਬੁਲਾਉਣਾ ਬੰਦ ਕਰਤਾ। ਮੈਂ 16 ਮਹੀਨੇ ਆਪਣੇ ਪ੍ਰੋਜੈਕਟ 'ਤੇ ਮਿਹਨਤ ਕੀਤੀ ਕੰਪਨੀਜ਼ ਨਾਲ ਡੀਲ ਕੀਤੀ
ਜੋ ਇਨਵੈਸਟ ਕਰਨ ਦੇ ਵਿੱਚ ਰਾਜ਼ੀ ਸੀਗੇ ਉਹਨਾਂ ਨਾਲ ਜ਼ੂਮ ਕਾਲ ਕੀਤੀ, ਮਿਹਨਤ ਕੀਤੀ, ਰਿਸਪੌਂਸ ਅੱਛਾ ਆਇਆ, ਦੋ ਤਿੰਨ ਜਣੇ ਮੰਨ ਵੀ ਗਏ ਸੀ। ਫਿਰ ਕੀ ਪ੍ਰੋਬਲਮ ਆ? ਜਦੋਂ ਵੀ ਕੋਈ ਕੁੜੀ ਰੂਲ ਬੁੱਕ ਤੋਂ ਥੋੜਾ ਜਿਹਾ ਉੱਪਰ ਉੱਠਣ ਦੀ ਟਰਾਈ ਕਰਦੀ ਆ ਨਾ, ਤਾਂ ਸਾਰੇ ਜਣੇ ਉਹਦੇ ਵਿਆਹ ਦੇ ਪਿੱਛੇ ਪੈ ਜਾਂਦੇ ਆ। ਮੇਰੇ ਸਾਹਮਣੇ ਇੱਕ ਸਟ੍ਰੇਂਜ ਮੁੰਡਾ ਬਿਠਾ ਤਾ, ਵਿਆਹ ਕਰ ਲਓ, ਉਹਨੂੰ ਚਾਹੀਦੀ ਸੀ ਹਾਊਸ ਵਾਈਫ। ਮੈਂ ਨਹੀਂ ਬਣਨਾ ਹਾਊਸ ਵਾਈਫ, ਮੈਂ ਬਿਜ਼ਨਸ ਕਰਨਾ, ਮੈਂ ਨਹੀਂ ਕਰਾਉਣਾ ਵਿਆਹ, ਮੈਂ ਕੰਮ ਕਰਨਾ। ਮੈਂ ਮਨਾ ਕਰਤਾ ਮੁੰਡੇ ਨੂੰ। ਬਿਲਕੁਲ ਸਹੀ ਕੀਤਾ, ਪਰ ਇਹ ਗੱਲ ਮੇਰੇ ਪਾਪਾ ਨੂੰ ਕੌਣ ਸਮਝਾਵੇ? ਅੱਜ ਜਦੋਂ ਮੈਂ ਘਰੋਂ ਚੱਲਣ ਲੱਗੀ, ਮੈਨੂੰ ਉਹਨਾਂ ਨੇ ਬੈਸਟ ਆਫ ਲੱਕ ਵੀ ਨਹੀਂ ਕਿਹਾ, ਮੈਨੂੰ ਨਹੀਂ ਬਲਕਿ ਮੰਮੀ ਨੂੰ ਕਹਿ ਰਹੇ ਸੀਗੇ ਕਿ ਇਹਨੂੰ ਕਹਿ ਦੇ ਜੇ ਅੱਜ ਵੀ ਕੁਛ ਨਹੀਂ ਬਣਿਆ ਨਾ ਤਾਂ ਵਿਆਹ ਕਰਾ ਲੈ। ਅੱਜ ਮੀਟਿੰਗ ਆ ਤੇਰੀ? ਨਹੀਂ, ਉਹ ਕਹਿੰਦੇ ਨੈਕਸਟ ਵੀਕ ਆਇਓ, ਅੱਜ ਕੰਮ ਪੈ ਗਿਆ। ਪ੍ਰੋਬਲਮ ਤਾਂ ਤੇਰੀ ਵੱਡੀ ਆ, ਪਰ ਮੈਨੂੰ ਪਤਾ ਕੀ ਲੱਗਦਾ, ਤੁਹਾਨੂੰ ਤੇ ਤੁਹਾਡੇ ਪਾਪਾ ਨੂੰ ਇਕੱਲਿਆਂ ਬੈਠ ਕੇ ਗੱਲ ਕਰਨੀ ਚਾਹੀਦੀ ਆ। ਮੈਂ ਦੱਸਿਆ ਤਾਂ ਹੈ, ਨਹੀਂ ਗੱਲ ਕਰਦੇ ਹੋ। ਮੇਰੇ ਸਾਹਮਣੇ ਤਾਂ ਦੋ ਫੋਨ ਆਏ ਨੇ, ਸਿਰਫ ਇਹ ਕਹਿਣ ਲਈ ਕਿ ਕੁਝ ਨਹੀਂ ਹੋਣਾ। ਤੁਹਾਡੀ ਜਨਰੇਸ਼ਨ ਦਾ ਸਬਰ ਰੀਲਾਂ 'ਚ ਨਹੀਂ ਆ, 10-20 ਸੈਕਿੰਡ ਦਾ। ਤੁਸੀਂ ਮੇਰੇ ਪਾਪਾ ਵਾਲੀਆਂ ਗੱਲਾਂ ਨਾ ਕਰੋ। ਦੇਖੋ, ਨਾ ਤਾਂ ਮੈਂ ਤੁਹਾਡੇ ਪਾਪਾ ਦੀ ਜਨਰੇਸ਼ਨ ਦਾ, ਨਾ ਤੁਹਾਡੀ ਜਨਰੇਸ਼ਨ ਦਾ। ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਤੁਹਾਨੂੰ ਦੋਨਾਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ, ਬਜਾਏ ਇਹ ਗੱਲ ਕਹਿਣ ਦੀ ਕਿ ਇਹ ਕੰਮ ਮੈਂ ਕਰ ਸਕਦੀ ਹਾਂ। ਇਹ ਕਹੋ ਵੀ ਪਾਪਾ, ਤੁਹਾਡੀ ਹੈਲਪ ਬਿਨਾਂ ਇਹ ਪੋਸੀਬਲ ਨਹੀਂ, ਸਾਰਾ ਕੁਛ ਠੀਕ ਹੋਜੂ। ਮਤਲਬ ਸਾਫ਼ ਹੈ ਬੀਬਾ ਜੀ, ਜਦੋਂ ਦੋ ਜਨਰੇਸ਼ਨਾਂ ਬੈਠ ਕੇ ਗੱਲ ਕਰਦੀਆਂ ਨੇ ਨਾ, ਤਾਂ ਉਹਨਾਂ ਨੂੰ ਆਪਣੇ ਪੁਆਇੰਟ ਆਫ ਵਿਊ ਸਟਰੋਂਗ ਲੱਗਦੇ ਨੇ। ਯੂ ਮੀਨ ਮੈਂ ਆਪਣੇ ਪਾਪਾ ਦੀ ਗੱਲ ਨਹੀਂ ਸੁਣੀ? ਨਹੀਂ, ਸੁਣਨ ਵਾਲੀ ਗੱਲ ਨਹੀਂ, ਸਮਝਣ ਵਾਲੀ ਗੱਲ ਹੈ। ਜਿਵੇਂ ਉਹਨਾਂ ਨੇ ਮੇਰੀ ਗੱਲ ਨਹੀਂ ਸਮਝੀ। ਹਾਂ, ਜਿਵੇਂ ਤੁਸੀਂ ਉਹਨਾਂ ਦੀ ਗੱਲ ਨਹੀਂ ਸਮਝੀ। ਮੈਂ ਫੈਸਲਾ ਕਰ ਲਿਆ, ਮੈਂ ਘਰ ਨਹੀਂ ਜਾਣਾ, ਆਪ ਹੀ ਸਮਝੀ ਜਾਣਗੇ। ਤੂੰ ਘਰ ਨਹੀਂ ਜਾਣਾ, ਉਹ ਤੇਰੇ ਪਿੱਛੇ ਪਿੱਛੇ ਤੈਨੂੰ ਲੈਣ ਆਉਣਗੇ, ਫਿਰ ਉਹ ਤੈਨੂੰ ਕਹਿਣਗੇ ਕਿ ਜੋ ਤੇਰਾ ਮਨ ਕਰਦਾ ਉਹ ਕਰ ਲਾ। ਇਹ ਸਭ ਕੁਝ ਚੱਲ ਰਿਹਾ ਨਾ ਦਿਮਾਗ 'ਚ? ਆਲਮੋਸਟ। ਬਲੈਕਮੇਲ ਕਰਨ ਦੀ ਕੋਸ਼ਿਸ਼? ਅੱਛਾ ਸੋਚ, ਤੂੰ ਐਪ ਬਣਾ ਲਈ, ਕਾਮਯਾਬੀ ਹੋ ਗਈ, ਪੈਸੇ ਵੀ ਕਮਾ ਲਏ, ਫਿਰ? ਆਮ ਹੈਪੀ ਨਾਓ, ਮੈਂ ਕੁਛ ਵੀ ਕਰ ਸਕਦੀ ਹਾਂ ਆਪਣੇ ਲਈ, ਆਪਣੀ ਫੈਮਿਲੀ ਲਈ। ਹੁਣ ਫੈਮਿਲੀ ਖੁਸ਼ ਆ? ਜਾਂ ਉਹ ਜੋ ਪਲਾਨ ਕਰ ਰਹੀ ਹਾਂ ਉਹਦੇ ਨਾਲ ਫੈਮਿਲੀ ਖੁਸ਼ ਰਹੂਗੀ? ਫਿਰ ਮਤਲਬ ਮੈਂ ਬਿਜ਼ਨਸ ਦਾ ਆਈਡੀਆ ਡ੍ਰੌਪ ਕਰਦਾ ਅਤੇ ਵਿਆਹ ਕਰਾ ਲਾਂ? ਨਹੀਂ, ਨਾ ਤਾਂ ਆਪ ਫੇਲ ਹੋਵੋ, ਨਾ ਉਹਨਾਂ ਨੂੰ ਫੇਲ ਹੋਣ ਦਿਓ। ਜੇ ਉਹ ਨਾਰਾਜ਼ ਨੇ ਉਹਨਾਂ ਨੂੰ ਮਨਾ ਲਓ, ਕਿਉਂਕਿ ਕੱਲ੍ਹ ਨੂੰ ਜਦੋਂ ਨਹੀਂ ਹੋਣਗੇ ਇਹ ਗੱਲ ਸਭ ਤੋਂ ਵੱਧ ਦੁੱਖ ਦਊਗੀ। ਇਹ ਮੇਰਾ ਐਕਸਪੀਰੀਅੰਸ ਹੈ। ਜੇ ਉਹਨਾਂ ਨੇ ਮਨਾ ਕਰਤਾ ਫਿਰ? ਜੀ, ਬੜਾ ਅਜੀਬ ਸ਼ਬਦ ਹੈ ਜੀ, ਜੇ ਮੈਂ ਇੱਦਾਂ ਕਰ ਲੈਂਦਾ, ਜੇ ਮੈਂ ਉੱਦਾਂ ਕਰ ਲੈਂਦਾ, ਜੇ ਮੈਂ ਉਹਨਾਂ ਨੂੰ ਮਨਾ ਲੈਂਦਾ, ਜੇ ਮੈਂ ਮੰਨ ਜਾਂਦਾ, ਜੇ ਤਾਂ ਕਿਸੇ ਨੇ ਅੱਜ ਤੱਕ ਵਿਆਹ ਹੀ ਨਹੀਂ, ਜੇ ਵਿਆਹ ਲੈਂਦੇ ਤਾਂ ਮਸਲੇ ਨਹੀਂ ਹੋਣੀ ਸੀ। ਜੇ 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 ਬੰਦਾ ਉਦੋਂ ਵਰਤਦਾ ਜਦੋਂ ਉਹਨੇ ਕਿਸੇ ਸਿਚੁਏਸ਼ਨ ਦੇ ਵਿੱਚੋਂ ਨਿਕਲਣਾ ਹੁੰਦਾ, ਜਾਂ ਕਿਸਮਤ ਨੂੰ ਦੋਸ਼ੀ ਕਹਿਣਾ ਹੁੰਦਾ। ਜੇ ਕਿਸਮਤ ਮੇਰੇ ਨਾਲ ਹੁੰਦੀ ਤਾਂ ਮੈਂ ਦੁਨੀਆ ਜਿੱਤ ਲੈਂਦਾ। ਤੁਹਾਨੂੰ ਪਤਾ ਮਸਲੇ ਜ਼ਿੰਦਗੀ ਵਿੱਚ ਨੂਣ ਦਾ ਕੰਮ ਕਰਦੇ ਨੇ। ਜੇ ਜ਼ਿੰਦਗੀ ਵਿੱਚ ਇਹ ਨਾ ਹੋਣ ਤਾਂ ਜ਼ਿੰਦਗੀ ਟੇਸਟਲੈਸ ਹੋ ਜਾਂਦੀ ਆ। ਸੋ ਜ਼ਿੰਦਗੀ ਨੂੰ ਖੁਸ਼ੀ ਖੁਸ਼ੀ ਜਿਉਣਾ ਚਾਹੀਦਾ ਅਤੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ। ਪਰ ਕਿੱਦਾਂ? ਮੈਨੂੰ ਸਿਰਫ ਇੱਕ ਮੰਤਰ ਪਤਾ ਅਤੇ ਉਹ ਬਹੁਤ ਅਸਰਦਾਇਕ ਹੈ। ਕਿਸੇ ਵੀ ਮਸਲੇ ਦਾ ਹੱਲ ਸਿਰਫ ਗੱਲ ਹੈ, ਅਤੇ ਜਦੋਂ ਸਾਹਮਣੇ ਆਪਣੇ ਹੋਣ ਨਾ, ਕੋਸ਼ਿਸ਼ ਕਈ ਵਾਰ ਕਰਨੀ ਚਾਹੀਦੀ ਆ।
हेलो पापा। कॉम्बो जो होर की हुंदा